ਜੇਕਰ ਤੁਹਾਡੇ ਕੋਲ ਵੀ ਸਪਲੈਂਡਰ ਮੋਟਰਸਾਈਕਲ ਹੈ ਤਾਂ ਇਹ ਖਬਰ ਧਿਆਨ ਨਾਲ ਦੇਖੋ, ਕਿਤੇ ਤੁਹਾਡੇ ਨਾਲ ਵੀ ਨਾ ਅਜਿਹਾ ਕਾਂਡ ਹੋ ਜਾਵੇ। ਤਾਂ ਦੱਸ ਦਈਏ ਕਿ ਘਰ ਦੇ ਬਾਹਰ ਤੋਂ ਖੜਾ ਇੱਕ ਸਪਲੈਂਡਰ ਮੋਟਰਸਾਈਕਲ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ। ਜਦੋਂ ਚੋਰਾਂ ਦੇ ਵੱਲੋਂ ਮੋਟਰਸਾਈਕਲ ਸਟਾਰਟ ਨਾ ਹੋਇਆ ਤਾਂ ਉਸਨੂੰ ਧੱਕਾ ਲਾ ਕੇ ਹੀ ਆਪਣੇ ਨਾਲ ਲੈ ਗਏ ਅਤੇ ਬਾਹਰ ਜਾ ਕੇ ਉਸਨੂੰ ਤਾਰਾ ਤੋੜ ਕੇ ਕਿਹਾ ਜਾ ਰਿਹਾ ਕਿ ਸਟਾਰਟ ਕੀਤਾ ਅਤੇ ਮੌਕੇ ਤੋਂ ਲੈ ਕੇ ਫਰਾਰ ਹੋ ਗਏ ਨੇ। ਅਤੇ ਘਟਨਾ CCTV ਦੇ ਵਿੱਚ ਵੀ ਕੈਦ ਹੋਈ ਹੈ। ਤਸਵੀਰਾਂ ਦੇ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਦੋ ਨਕਾਬ ਪੋਸ਼ ਚੋਰਾਂ ਦੇ ਵੱਲੋਂ ਇੱਕ ਬਾਈਕ ਨੂੰ ਰੋੜਦੇ ਹੋਏ ਨਜ਼ਰ ਆ ਰਹੇ ਨੇ। ਤਾਂ ਕਿਹਾ ਜਾ ਰਿਹਾ ਕਿ ਦੁਪਹਿਰ ਵੇਲੇ ਦੀ ਇਹ ਘਟਨਾ ਜਦੋਂ ਚੋਰਾਂ ਦੇ ਵੱਲੋਂ ਘਰ ਦੇ ਬਾਹਰ ਖੜਾ ਮੋਟਰਸਾਈਕਲ ਹੀ ਚੋਰੀ ਕਰ ਲਿਆ ਗਿਆ। ਹਾਲਾਂਕਿ ਇਸ ਘਟਨਾ ਤੋਂ ਬਾਅਦ ਜੋ ਮੋਟਰਸਾਈਕਲ ਦਾ ਮਾਲਕ ਸੀ ਉਸਦੇ ਵੱਲੋਂ ਪੁਲਿਸ ਨੂੰ ਵੀ ਸੂਚਨਾ ਦਿੱਤੀ ਗਈ ਹੈ ਅਤੇ ਹੁਣ ਮੋਟਰਸਾਈਕਲ ਦੀ ਭਾਲ ਪੁਲਿਸ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਦੱਸ ਦਈਏ ਕਿ ਗੁਰਦਾਸਪੁਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਦਿਨ ਦਿਹਾੜੇ ਦੋ ਨਕਾਬਪੋਸ਼ ਚੋਰਾਂ ਦੇ ਵੱਲੋਂ ਇੱਕ ਬਾਈਕ ਨੂੰ ਚੋਰੀ ਕੀਤਾ ਗਿਆ ਅਤੇ ਚੋਰੀ ਦੀ ਘਟਨਾ CCTV ਦੇ ਵਿੱਚ ਕੈਦ ਹੋਈ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਜਦੋਂ ਉਹਨਾਂ ਦੇ ਕੋਲੋਂ ਬਾਈਕ ਹੀ ਨਾ ਸਟਾਰਟ ਹੋਇਆ ਤਾਂ ਉਹ ਰੋੜ ਕੇ ਉਸਨੂੰ ਆਪਣੇ ਨਾਲ ਬਾਹਰ ਲੈ ਗਏ ਅਤੇ ਬਾਹਰ ਜਾ ਕੇ ਉਹਨਾਂ ਦੇ ਵੱਲੋਂ ਕਿਸੇ ਤਰੀਕੇ ਦੇ ਨਾਲ ਸਟਾਰਟ ਕੀਤਾ ਅਤੇ ਉਸਨੂੰ ਲੈ ਕੇ ਮੌਕੇ ਤੋਂ ਫਰਾਰ ਹੋ ਗਏ ਨੇ। ਜੇਕਰ ਤੁਹਾਡੇ ਕੋਲ ਵੀ ਸਪਲੈਂਡਰ ਮੋਟਰਸਾਈਕਲ ਹੈ ਤਾਂ ਇਹ ਖਬਰ ਧਿਆਨ ਨਾਲ ਦੇਖੋ, ਕਿਤੇ ਤੁਹਾਡੇ ਨਾਲ ਵੀ ਨਾ ਅਜਿਹਾ ਕਾਂਡ ਹੋ ਜਾਵੇ। ਤਾਂ ਦੱਸ ਦਈਏ ਕਿ ਘਰ ਦੇ ਬਾਹਰ ਤੋਂ ਖੜਾ ਇੱਕ ਸਪਲੈਂਡਰ ਮੋਟਰਸਾਈਕਲ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ। ਜਦੋਂ ਚੋਰਾਂ ਦੇ ਵੱਲੋਂ ਮੋਟਰਸਾਈਕਲ ਸਟਾਰਟ ਨਾ ਹੋਇਆ ਤਾਂ ਉਸਨੂੰ ਧੱਕਾ ਲਾ ਕੇ ਹੀ ਆਪਣੇ ਨਾਲ ਲੈ ਗਏ ਅਤੇ ਬਾਹਰ ਜਾ ਕੇ ਉਸਨੂੰ ਤਾਰਾ ਤੋੜ ਕੇ ਕਿਹਾ ਜਾ ਰਿਹਾ ਕਿ ਸਟਾਰਟ ਕੀਤਾ ਅਤੇ ਮੌਕੇ ਤੋਂ ਲੈ ਕੇ ਫਰਾਰ ਹੋ ਗਏ ਨੇ। ਅਤੇ ਘਟਨਾ CCTV ਦੇ ਵਿੱਚ ਵੀ ਕੈਦ ਹੋਈ ਹੈ। ਤਸਵੀਰਾਂ ਦੇ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਦੋ ਨਕਾਬ ਪੋਸ਼ ਚੋਰਾਂ ਦੇ ਵੱਲੋਂ ਇੱਕ ਬਾਈਕ ਨੂੰ ਰੋੜਦੇ ਹੋਏ ਨਜ਼ਰ ਆ ਰਹੇ ਨੇ। ਤਾਂ ਕਿਹਾ ਜਾ ਰਿਹਾ ਕਿ ਦੁਪਹਿਰ ਵੇਲੇ ਦੀ ਇਹ ਘਟਨਾ ਜਦੋਂ ਚੋਰਾਂ ਦੇ ਵੱਲੋਂ ਘਰ ਦੇ ਬਾਹਰ ਖੜਾ ਮੋਟਰਸਾਈਕਲ ਹੀ ਚੋਰੀ ਕਰ ਲਿਆ ਗਿਆ। ਹਾਲਾਂਕਿ ਇਸ ਘਟਨਾ ਤੋਂ ਬਾਅਦ ਜੋ ਮੋਟਰਸਾਈਕਲ ਦਾ ਮਾਲਕ ਸੀ ਉਸਦੇ ਵੱਲੋਂ ਪੁਲਿਸ ਨੂੰ ਵੀ ਸੂਚਨਾ ਦਿੱਤੀ ਗਈ ਹੈ ਅਤੇ ਹੁਣ ਮੋਟਰਸਾਈਕਲ ਦੀ ਭਾਲ ਪੁਲਿਸ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਦੱਸ ਦਈਏ ਕਿ ਗੁਰਦਾਸਪੁਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਦਿਨ ਦਿਹਾੜੇ ਦੋ ਨਕਾਬਪੋਸ਼ ਚੋਰਾਂ ਦੇ ਵੱਲੋਂ ਇੱਕ ਬਾਈਕ ਨੂੰ ਚੋਰੀ ਕੀਤਾ ਗਿਆ ਅਤੇ ਚੋਰੀ ਦੀ ਘਟਨਾ CCTV ਦੇ ਵਿੱਚ ਕੈਦ ਹੋਈ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਜਦੋਂ ਉਹਨਾਂ ਦੇ ਕੋਲੋਂ ਬਾਈਕ ਹੀ ਨਾ ਸਟਾਰਟ ਹੋਇਆ ਤਾਂ ਉਹ ਰੋੜ ਕੇ ਉਸਨੂੰ ਆਪਣੇ ਨਾਲ ਬਾਹਰ ਲੈ ਗਏ ਅਤੇ ਬਾਹਰ ਜਾ ਕੇ ਉਹਨਾਂ ਦੇ ਵੱਲੋਂ ਕਿਸੇ ਤਰੀਕੇ ਦੇ ਨਾਲ ਸਟਾਰਟ ਕੀਤਾ ਅਤੇ ਉਸਨੂੰ ਲੈ ਕੇ ਮੌਕੇ ਤੋਂ ਫਰਾਰ ਹੋ ਗਏ ਨੇ।